लुधियाना दे पिंड जगीरपुर दी अमरजीत कलोनी विखे पंचायत उपर सरकारी दरख्त वढ़ के वेचण पानी दे बिलां अते गली दीआं इट्टां विच घपले नूं लै के खबर सामने आ रही है, जिस विच लोक इंसाफ पार्टी नाल संबंधित कश्मीर सिंह ने मीडिया सामने आ के साबका सरपंच दिलबाग सिंह उपर इल्जाम लगाए हन कि उन्हां वल्लों पिंड दे लोकां दीआं अखां विच कट्टा पा के पिंड दे ही दरख्त गली अते पानी दे बिलां विच करोड़ां दा घपला कीता गया है, जिस तों बाद कश्मीर सिंह वल्लों साबका सरपंच ਬਾਗ ਖਿਲਾਫ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਜੀ ਕੀ ਨਾਮ ਹੈ ਤੁਹਾਡਾ, ਕਿਹੜੇ ਪਿੰਡ 'ਚ ਰਹਿੰਦੇ ਹੋ, ਔਰ ਜਿਹੜੀਆਂ ਤੁਹਾਡੇ ਦੇਖਿਆ ਵੀ ਇੱਥੇ ਪਿਛਲੀ ਸਰਪੰਚਾਂ ਨੇ ਕਾਫੀ ਘਾਲੇ ਮਾਲੇ ਕੀਤੇ ਨੇ, ਘਪਲੇ ਕੀਤੇ ਨੇ, ਕੀ ਘਪਲੇ ਕੀਤੇ ਨੇ ਉਹਨਾਂ ਨੇ? ਦੇਖੋ ਜੀ, ਮੈਂ ਕਸ਼ਮੀਰ ਸਿੰਘ ਲੋਕ ਇਨਸਾਫ ਪਾਰਟੀ ਪਿੰਡ ਅਮਰਜੀਤ ਕਲੋਨੀ ਦਾ ਰਹਿਣ ਵਾਲਾ। ਇਸ ਪਿੰਡ ਦੇ ਵਿੱਚ ਇੱਥੋਂ ਦੀ ਜਿਹੜੀਆਂ ਪੁਰਾਣੀਆਂ 10-15 ਸਾਲਾਂ ਤੋਂ ਪੰਚਾਇਤਾਂ ਨੇ ਜਿਹੜੇ ਘਪਲੇ ਕੀਤੇ ਆ ਉਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ। ਸਭ ਤੋਂ ਵੱਡੀ ਗੱਲ ਇਹ ਆ ਵੀ ਇੱਥੇ ਸਾਡੇ ਇੱਕ ਤਿੰਨਾਂ ਪਿੰਡਾਂ ਦੀ ਜਿਹੜੀ ਇਹ ਕਮੇਟੀ ਜਿਹੜੀ ਟੈਂਕੀ ਬਣੀ ਹੋਈ ਹੈ ਅਤੇ ਕਮੇਟੀ ਬਣੀ ਹੋਈ ਹੈ, ਇੱਕ ਸੈਂਟੀਨੇਸ਼ਨ ਕਮੇਟੀ, ਉਹ ਕਮੇਟੀ ਬਣਦੀ ਆ ਮਹੱਲੇ ਦੇ ਇਜਲਾਸ ਦੇ ਵਿੱਚ। ਇਹਨਾਂ ਅਫਸਰਾਂ ਦਾ ਰਲ ਕੇ ਇਹਨਾਂ ਨੇ ਕਮੇਟੀ ਜੈਨ ਕਲੋਨੀ ਦੇ ਵਿੱਚ ਬਹਿ ਕੇ ਬਣਾਈ, 5-7 ਬੰਦਿਆਂ ਨੇ, ਜਿਨ੍ਹਾਂ ਦੇ ਵਿੱਚ ਕੁਛ ਮੈਂਬਰ ਇਹ ਵੀ ਕਹਿੰਦੇ ਨੇ ਵੀ ਹਾਂ ਸਾਨੂੰ ਉੱਥੇ ਬੁਲਾਇਆ ਗਿਆ। ਸਾਰੇ ਪਿੰਡ ਨੂੰ ਕੋਈ ਮਨਜ਼ੂਰ ਨਹੀਂ ਆਇਆ, ਲਟੇਰੇ ਜਿਨ੍ਹਾਂ ਨੇ ਆਪ ਹੀ ਇਕੱਠੇ ਕਰਕੇ ਆਪ ਬਣਾ ਲਈ, ਇਹ ਆਪ ਖਾਈ ਜਾਂਦੇ ਨਾਲ ਉੱਪਰ ਦਿੱਤੇ ਜਾਂਦੇ ਨੇ। ਇਹਨਾਂ ਤੋਂ ਬਾਅਦ ਕਮੇਟੀ ਵਾਲੀ ਹੇਰਾਫੇਰੀ ਕੀਤੀ, ਫਿਰ ਇਹਨਾਂ ਨੇ ਜਿਹੜੀ ਆ ਜਿੱਥੇ ਆਪਾਂ ਹੁਣ ਖੜ੍ਹੇ ਹਾਂ ਇੱਥੇ ਦਰਖਤ ਖੜ੍ਹੇ ਸੀ 10 ਦਰਖਤ, ਵਿਸ਼ਾਲ ਤੰਦਰੁਸਤ ਦਰਖਤ ਸੀ ਜਿਨ੍ਹਾਂ ਦੀ ਅਸੀਂ ਛਾਂ 'ਚ ਬਹਿੰਦੇ ਸੀ, ਉਹ ਇਹਨਾਂ ਨੇ ਵੱਢ ਕੇ ਗੈਰ ਕਾਨੂੰਨੀ ਆਪ ਹੀ ਮਤਾ ਪੰਚਾਇਤ ਨੇ ਪਾ ਕੇ ਉਹ ਵੱਢ ਕੇ ਵੇਚ ਦਿੱਤੇ। ਇਹਦੇ ਵਿੱਚ ਸਭ ਤੋਂ ਪਹਿਲਾਂ ਇਹ ਹੈਗਾ ਜਿਹੜਾ ਚੋਰ ਆ ਉਹ ਦਿਲਬਾਗ ਸਿੰਘ, ਜਿਹੜਾ ਅੱਜ ਤੋਂ ਪਹਿਲੇ ਪੀਰੀਅਡ ਦੇ ਵਿੱਚ ਦਿਲਬਾਗ ਸਿੰਘ ਸੀ, ਦੂਜੇ ਪੀਰੀਅਡ ਦੇ ਵਿੱਚ ਬੀਬੀ ਰੇਸ਼ਮਾ ਦੇਵੀ, ਆਹ ਹੁਣ ਤੀਜੇ ਪੀਰੀਅਡ ਦੇ ਵਿੱਚ ਬੀਬੀ ਸੁਰਿੰਦਰ ਕੌਰ ਆਈ ਆ ਜਿਹੜੀ ਕਿ ਸਾਡੇ ਮਹੱਲੇ ਦੀ ਸਰਪੰਚ ਆ, ਉਹ ਵੀ ਕਦੇ ਨਹੀਂ ਆਈ, ਇਹ ਜਿੱਦਣ ਤੋਂ ਬਣੀ ਉਹਨੇ ਕਦੇ ਗੇੜਾ ਨਹੀਂ ਮਾਰਿਆ। ਅੱਛਾ, ਇਹਨਾਂ ਨੇ ਕੀ ਕੀਤਾ, ਇਹ ਰਲ ਕੇ ਦਰਖਤ ਵੱਢ ਦਿੱਤੇ। ਦਰਖਤਾਂ ਜਿਹੜੇ ਵੱਢੇ ਗਏ ਨੇ ਉਹਨਾਂ ਦੀਆਂ ਅਸੀਂ ਦਰਖਾਸਤਾਂ ਦਿੱਤੀਆਂ, ਇੱਕ ਤਾਂ ਸੈਂਟੀਨੇਸ਼ਨ ਦੀ ਕਮੇਟੀ ਦੀ ਦਰਖਾਸਤ ਦਿੱਤੀ, ਪਹਿਲਾਂ ਅਸੀਂ ਦਿੱਤੀ ਐਕਸ਼ਨ ਸਾਹਿਬ ਦੇ ਗਗਨਦੀਪ ਸਿੰਘ ਦੇ, ਉਹਨੇ ਕਿਸੇ ਕਿਸਮ ਦੀ ਕੋਈ ਕਾਰਵਾਈ ਨਹੀਂ ਕੀਤੀ। ਫਿਰ ਅਸੀਂ ਦਿੱਤੀ ਦਰਖਾਸਤ ADC ਸਾਹਿਬ ਦੇ, ਜਿਹੜੇ ਮੈਂ ਤੁਹਾਨੂੰ ਕਾਪੀਆਂ ਦਿੱਤੀਆਂ ਨੇ, ADC ਸਾਹਿਬ ਦੇ ਦਰਖਾਸਤ ਦਿੱਤੀ, ADC ਸਾਹਿਬ ਨੇ ਮਾਰ ਕਰਤੀ BDO ਨੂੰ, BDO ਨੇ ਸਾਨੂੰ 7 ਮਹੀਨੇ ਲਗਾਤਾਰ ਸਾਨੂੰ ਟਰਕਾਈ ਰੱਖਿਆ, ਕਿਸੇ ਕਿਸਮ ਦੀ ਕੋਈ ਕਾਰਵਾਈ ਨਹੀਂ ਕੀਤੀ। ਜਦੋਂ ਅਸੀਂ ਬਹੁਤ ਜ਼ਿਆਦਾ ਰੌਲਾ ਪਾਇਆ ਅਤੇ ਝੂਠੀ ਮੁੱਠੀ ਜੀ ਰਿਪੋਰਟ ਬਣਾ ਕੇ ਉਹਨਾਂ ਨੇ DDPO ਸਾਹਿਬ ਨੂੰ ਆਪਣੇ ADC ਸਾਹਿਬ ਨੂੰ ਭੇਜਤੀ, ADC ਸਾਹਿਬ ਨੇ ਭੇਜ ਦਿੱਤੀ ਗਾਹਾਂ ਆਪਣੇ DDPO ਸਾਹਿਬ ਨੂੰ। DDPO ਸਾਹਿਬ ਨੇ ਇੱਕ ਜਿਹੜੀ ਕਮੇਟੀ ਬਣਾਈ ਸੀ ਬੂਟਿਆਂ ਦੀ, ਉਹਦੇ ਬਾਰੇ BDO ਸਾਹਿਬ ਨੂੰ ਕਹਿਤਾ ਵੀ ਕਾਰਵਾਈ ਕਰੋ, ਇਹਦੀ ਕਾਰਵਾਈ ਕਰਕੇ ਸਾਨੂੰ ਤੁਸੀਂ ਦੱਸੋ। ਉਹਨਾਂ ਨੇ ਕੋਈ ਨਹੀਂ ਕੀਤੀ, ਕੋਈ ਕਹਿੰਦਾ ਜੀ ਮੇਰੀ ਬਦਲੀ ਹੋ ਗਈ, ਮੈਂ ਹਾਂ ਇਹ ਦਸਾਂ ਬਦਾ, ਇਹਨਾਂ ਜਿਹੜਾ ਕਪੜਾ ਹੈ ਕਪੜੇ ਤੋਂ ਡਰਦੇ ਹੋਏ ਇਹ BDO ਵੀ ਬਦਲੀਆਂ ਕਰਾ ਕੇ ਜਾ ਰਹੇ ਨੇ। ਕਪੜੇ ਕਿੰਨੇ ਕੁ ਦਾ ਕਪੜਾ ਸੀਗਾ? ਕਪੜੇ ਇਹ 1.90 ਕਰੋੜ ਤੋਂ ਉੱਪਰ ਦਾ ਬਣਦਾ। ਇਹ ਕਿਸ ਚੀਜ਼ ਦਾ ਕਪੜਾ ਸੀਗਾ? ਕਪੜਾ ਦੇਖੋ ਜੀ, ਜਿਹੜੀਆਂ ਤਾਂ ਪਾਣੀ ਦੀਆਂ ਟੈਂਕੀ ਦੇ ਜਿਹੜੇ ਬਿੱਲ ਨੇ ਜਿਹੜੇ ਲੋਕਾਂ ਕੋਲ ਇਕੱਠੇ ਕੀਤੇ ਜਾਂਦੇ ਨੇ, ਇਹ ਸਾਡੀ 1,35,000 ਰੁਪਏ ਦਾ ਸਿਰਫ ਬਿੱਲ, ਇਕੱਲਾ ਬਿੱਲ ਇਕੱਠਾ ਹੁੰਦਾ। ਦੂਸਰੀ ਗੱਲ ਆ ਜਿਹੜਾ ਇਹ 30 ਰੁਪਏ ਪਰ ਕਨੈਕਸ਼ਨ ਦਾ ਲੈਂਦੇ ਨੇ ਲੇਟ ਫੀਸ, ਉਹ ਵੀ ਘੱਟ ਤੋਂ ਘੱਟ 18-20 ਹਜ਼ਾਰ ਰੁਪਇਆ ਮਹੀਨੇ ਦੀ ਉਹ ਬਣਦੀ ਆ। ਜੇ ਅਗਰ ਆਪਾਂ ਟੋਟਲ ਲਾਈਏ, ਅੱਛਾ 1,500 ਰੁਪਏ ਤੋਂ ਲਾ ਕੇ 3,000 ਰੁਪਇਆ ਇਹ ਲੈਂਦੇ ਆ ਆਪਣਾ ਕਨੈਕਸ਼ਨ ਨਵਾਂ ਲੈਣ ਦਾ। ਤੇ ਇੱਕ ਤੁਸੀਂ ਗੱਲ ਕੀਤੀ ਸੀ ਜਿਹੜੇ ਬ੍ਰਿਕਸ਼ ਵੇਚੇ ਉਹ ਕਿੰਨੇ ਦੇ ਸੀਗੇ? ਉਹ ਬ੍ਰਿਕਸ਼ ਮੇਰੇ ਜਿਹੜੇ ਅਸੀਂ ਆਪਣਾ ਜੰਗਲਾਤ ਮਹਿਕਮੇ ਕੋਲ ਪੁੱਛਿਆ ਉਹ 45-50 ਹਜ਼ਾਰ ਤੱਕ ਦੇ ਗੇੜ ਦੱਸਦੇ ਸੀ, 45-50 ਹਜ਼ਾਰ ਤੱਕ ਰੇਟ ਆ ਉਹਨਾਂ ਦੇ ਲੱਗ ਸੀ। ਲੇਕਿਨ ਇਹਨਾਂ ਨੇ ਪਤਾ ਨਹੀਂ 2400 ਪਤਾ ਨਹੀਂ 3400 ਆਪ ਹੀ ਪਾ ਕੇ, ਜਿਹੜਾ ਕਿ ਗੈਰ ਕਾਨੂੰਨੀ ਆ, ਕਿਉਂਕਿ ਪਾਲਿਸੀ ਅਸੀਂ ਕਢਾਈ ਆ, ਪਾਲਿਸੀ ਦੇ ਮੁਤਲਕ ਇਹ ਜਿਹੜੇ ਦਰਖਤ ਨੇ ਉਹ ਪਹਿਲਾਂ ਸਭ ਤੋਂ ਇਹਨਾਂ ਨੂੰ ਆਪਣਾ ਰੈਜੂਲੇਸ਼ਨ ਪਾਉਣਾ ਪੈਂਦਾ, ਫਿਰ ਉਸ ਤੋਂ ਬਾਅਦ ਇਹਨੇ BDO ਨੂੰ ਲਿਖ ਕੇ ਦੇਣਾ ਪੈਂਦਾ, BDO ਜੰਗਲਾਤ ਮਹਿਕਮੇ ਦੇ ਕੋਲੋਂ ਪੁੱਛਦਾ, ਜੰਗਲਾਤ ਮਹਿਕਮਾ ਆ ਕੇ ਇਹਦੀ ਕੀਮਤ ਪਾਉਂਦਾ, ਉਸ ਤੋਂ ਬਾਅਦ ਫਿਰ ਸਰਕਾਰੀ ਕਿਸੇ ਮੁਲਾਜ਼ਮ ਦੇ ਫਿਰ ਇਹਦੀ ਬੋਲੀ ਹੁੰਦੀ ਆ। ਜਿਹੜੇ ਦਰਖਤ ਵੇਚੇ ਨੇ ਤੁਹਾਡੇ ਕੋਲ BDO ਵੀ ਇਹਨਾਂ ਦੀ ਬਣਾਈ ਆ, ਫੋਟੋ ਵੀ ਖਿੱਚੀਆਂ ਗਈਆਂ? ਜਿਹੜੇ ਦਰਖਤ ਬਣਾਏ ਉਹਨੇ ਸਾਡੀ ਫੋਟੋ ਵੀ ਖਿੱਚੀ ਗਈ ਆ, ਜਿਹੜੇ ਗੱਡੀਆਂ 'ਚ ਭਰ ਕੇ ਲੈ ਕੇ ਜਾਂਦੇ ਰਹੇ ਆ ਉਹ ਵੀ ਗੱਡੀਆਂ ਦੀ ਸਾਡੇ ਕੋਲ ਫੋਟੋ ਖਿੱਚੀ ਗਈ ਆ, ਜਿਹੜੇ ਕੱਟੇ ਹੋਏ ਨੇ ਦਰਖਤ ਵੱਢ ਦਿੱਤੇ ਕਿਉਂਕਿ ਇਹਨਾਂ ਨੇ 1 ਲੱਖ ਬੰਦੇ ਲਿਆ ਕੇ ਵੱਢੇ, ਉਹ ਜਦੋਂ ਵੱਢੇ ਫਿਰ ਉਹ ਵੱਢਿਆਂ ਦੀ ਦਰਖਤਾਂ ਦੀ ਸਾਡੀਆਂ ਫੋਟੋ ਵੀ ਸਾਡੇ ਕੋਲ ਨੇ। ਕੁਝ ਇੱਟਾਂ ਵੀ ਵੇਚਣ ਦਾ ਤੁਸੀਂ ਗੱਲ ਕੀਤੀ ਸੀਗੀ, ਜਿਹੜੀਆਂ ਗਲੀਆਂ ਦੀ ਇੱਟਾਂ ਵੇਚੀਆਂ ਗਈਆਂ ਇਹਨਾਂ ਨੇ ਕੀ ਕੀਤਾ? ਇੱਕ ਜਿਹੜੀ ਬੀਬੀ ਸੁਰਿੰਦਰ ਕੋਲ ਆ, ਜੇ ਸਰਪੰਚ ਬਣੀ ਨਹੀਂ ਸੀ ਅਜੇ, ਜਦੋਂ ਸਰਪੰਚ ਦਾ ਇਹਦੇ ਕੋਲ ਕਾਰਡ ਨਹੀਂ ਸੀ ਆਇਆ, ਤਾਂ ਇਹਨੇ ਆ 6 ਨੰਬਰ ਗਲੀ ਪੱਟ ਕੇ ਜਿਹੜੀਆਂ ਇੱਟਾਂ ਸੀ ਉਹ ਇਹਨਾਂ ਨੇ ਖੁਰਦ ਬੁਰਦ ਕਰ ਦਿੱਤੀਆਂ, ਉਹ ਇੱਟਾਂ ਦਾ ਕੋਈ ਹਿਸਾਬ ਕਿਤਾਬ ਨਹੀਂ। ਜਦੋਂ ਅਸੀਂ ਦਰਖਾਸਤਾਂ ਦਿੱਤੀਆਂ ਉਹ ਡਰਦਿਆਂ ਦੀ, ਫਿਰ ਸਰਕਾਰ ਦੇ ਪੈਸੇ ਦੇ ਵਿੱਚੋਂ ਜਿਹੜੀ ਗ੍ਰਾਂਟ ਆਈ ਸੀ ਉਹਦੇ ਵਿੱਚੋਂ ਇਹਨਾਂ ਨੇ ਸੜਕ ਬਣਾਤੀ ਆ, ਲੇਕਿਨ ਜਿਹੜੀਆਂ ਇੱਟਾਂ ਪੱਟ ਕੇ ਵੇਚੀਆਂ ਗਈਆਂ ਉਹ ਕਿੱਥੇ ਗਈਆਂ? ਤੇ ਹੁਣ ਜਿਹੜੀ ਦਰਖਾਸਤ ਤੁਹਾਡੀ ਕਿਹਨਾਂ ਕਿੱਥੇ ਕਿੱਥੇ ਗਈਆਂ ਨੇ? ਸਾਡੀਆਂ ਦਰਖਾਸਤਾਂ ਇੱਕ ਤਾਂ ਅਸੀਂ ਦਿੱਤੀ ਸੀ ਜੀ ਦਰਖਾਸਤ
ਗਗਨਦੀਪ ਸਿੰਘ ਐਕਸ਼ਨ ਸਾਹਿਬ ਦੇ, ਇੱਕ ਦਰਖਾਸਤ, ਦੋ ਤਿੰਨ ਤਿੰਨ ਦਰਖਾਸਤਾਂ ਦਿੱਤੀਆਂ ਅਸੀਂ ਏਡੀਸੀ ਸਾਹਿਬ ਦੇ, ਫਿਰ ਅਸੀਂ ਕੁਛ ਦਰਖਾਸਤਾਂ ਦਿੱਤੀਆਂ, ਇੱਕ ਜਿਹੜੇ ਇੱਥੇ ਨੇ 550 ਬੂਟਾ ਬੀਬੀ ਸੁਰਿੰਦਰ ਕੌਰ ਲੈ ਕੇ ਆਈ ਸੀ ਜਗਲਾਤ ਮਹਿਕਮੇ ਚੋਂ ਗੁਰੂ ਨਾਨਕ ਦੇਵ ਜੀ ਦੇ ਮਹਾਰਾਜ ਦੇ ਜਨਮ ਦਿਨ ਦੇ ਉੱਤੇ, ਉਹ 550 ਬੂਟਾ ਜਿਹੜਾ ਉਹ 15 ਰੁਪਈਏ ਤੋਂ ਲੈ ਕੇ 20 ਰੁਪਈਏ ਤੱਕ ਇਹਨਾਂ ਨੇ ਲੋਕਾਂ ਨੂੰ ਵੇਚ ਦਿੱਤਾ, ਕਿਸੇ ਇਕੱਠਾ ਵੇਚ ਦਿੱਤਾ, ਉਹ ਨਹੀਂ ਲਾਇਆ ਗਿਆ। ਉਹ ਇਹਨਾਂ ਦੇ ਕੋਲ ਬੀ ਡੀ ਓ ਸਾਹਿਬ ਕੋਲ ਦੇ ਵੀ ਰਿਕਾਰਡ ਪਿਆ ਤੇ ਜਗਲਾਤ ਮਹਿਕਮੇ ਦੇ ਕੋਲ ਵੀ ਰਿਕਾਰਡ ਪਿਆ, ਉਹਦੀ ਕੋਈ ਪੁੱਛ ਪੜਤਾਲ ਕਿਸੇ ਕਿਸੇ ਨਹੀਂ ਹੋਈ। ਤੁਸੀਂ ਹੁਣ ਕਾਰਵਾਈ ਕਰਵਾ ਰਹੇ ਹੋ ਇਹਨਾਂ ਦੇ ਉੱਤੇ? ਅਸੀਂ ਕਾਰਵਾਈ ਬੜੀ ਕੋਸ਼ਿਸ਼ ਕਰਦੇ ਹਾਂ, ਕਾਰਵਾਈ ਕਰਨਾ, ਲੇਕਿਨ ਜਿਹੜੇ ਅਫਸਰ ਨੇ ਸੁਣਵਾਈ ਨਹੀਂ ਕਰ ਰਹੇ। ਕੀ ਮਾਮਲਾ ਦੱਬਿਆ ਜਾਂਦਾ? ਮਾਮਲਾ ਦੱਬਿਆ ਜਾਂਦਾ, ਜਾਂ ਤਾਂ ਇਹਨਾਂ ਦਾ ਦਬਾਅ, ਜਾਂ ਮੈਂ ਤਾਂ ਗੱਲ ਕਹੂੰਗਾ ਵੀ ਇਹਨਾਂ ਦੇ ਉੱਤੇ ਦਬਾਅ ਜਾਂ ਪੈਸਿਆਂ ਦਾ, ਕਿਉਂਕਿ ਪੈਸੇ ਇਹਨਾਂ ਨੂੰ ਹਰ ਮਹੀਨੇ 1.5 ਲੱਖ ਰੁਪਈਆ, 2.5 ਲੱਖ ਰੁਪਈਆ ਇਕੱਠਾ ਹੁੰਦਾ, ਇਹ ਅਫਸਰ ਰਲ ਮਿਲ ਕੇ ਖਾਈ ਜਾਂਦੇ, ਅਸੀਂ ਤਾਂ ਇਹ ਗੱਲ ਕਹਾਂਗੇ। ਜਿਨ੍ਹਾਂ ਨੇ ਪੈਸਾ ਖਾਧਾ ਸਰਪੰਚ, ਇਹ ਕੌਣ ਸੀਗੇ ਜਿਨ੍ਹਾਂ ਨੇ? ਇਹਨਾਂ ਦੇ ਵਿੱਚ ਇੱਕ ਤਾਂ ਹੈਗਾ ਜੀ ਦਿਲਬਾਗ ਸਿੰਘ, ਇਹ ਅੱਗੇ ਸਰਪੰਚ ਰਿਹਾ 2.5 ਸਾਲਾਂ ਬਾਅਦ ਹੇਰਾ ਫੇਰੀ ਦੇ ਵਿੱਚ ਇਹ ਸਸਪੈਂਡ ਹੋ ਗਿਆ ਸੀ, 2.5 ਸਾਲ ਸਸਪੈਂਡ ਰਿਹਾ। ਇਹ ਉਹਦੀ ਕਮਾਨ ਦੇ ਹੇਠ ਬੀਬੀ ਮਨਜੀਤ ਕੌਰ ਜਿਹੜੀ ਚੇਅਰਮੈਨ ਬਣਾਈ ਹੋਈ ਆ, ਉਹ ਇੱਕ ਬੀਬੀ ਸੁਰਿੰਦਰ ਕੌਰ ਸਰਪੰਚ ਜਿਹੜੀ ਇਹ ਆਪਣੀ ਅਮਰਜੀਤ ਕਲੋਨੀ ਦੀ ਆ, ਇੱਕ ਗੁਰਭੇਜ ਸਿੰਘ ਹੈਪੀ, ਇੱਕ ਦਿਲਬਾਗ ਸਿੰਘ, ਇੱਕ ਕਾਲਾ ਸਰਪੰਚ ਜਿਹੜਾ ਬੀਬੀ ਸਰਪੰਚ ਦੇ ਘਰ ਵਾਲਾ, ਫਿਰ ਉਸ ਤੋਂ ਬਾਅਦ ਕੀ ਸੁੱਚਾ ਸਿੰਘ, ਫਿਰ ਗੁਰਦੇਵ ਸਿੰਘ ਮੈਂਬਰ, ਗੁਰਨਾਮ ਸਿੰਘ, ਇਹ ਸਾਰੇ ਮੈਂਬਰ ਨੇ, ਠੀਕ ਹੈ ਜੀ। ਚੇਅਰਮੈਨ ਇਹਨਾਂ ਵਿੱਚ ਬੀਬੀ ਮਨਜੀਤ ਕੌਰ ਆ। ਉੱਥੇ ਹੀ ਦੂਜੇ ਪਾਸੇ ਜਦੋਂ ਪਿੰਡ ਦੇ ਸਾਬਕਾ ਸਰਪੰਚ ਦਿਲਬਾਗ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਆਪਣੇ ਉੱਪਰ ਲੱਗੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰਦੇ ਹੋਏ ਕਿਹਾ ਕਿ ਜੋ ਵੀ ਕੀਤਾ ਗਿਆ ਹੈ ਉਹ ਬਿਲਕੁਲ ਨਿਯਮਾਂ ਮੁਤਾਬਕ ਕੀਤਾ ਗਿਆ ਹੈ ਅਤੇ ਕਸ਼ਮੀਰ ਸਿੰਘ ਵੱਲੋਂ ਹਾਰਨ ਤੋਂ ਬਾਅਦ ਉਹਨਾਂ ਉੱਪਰ ਜਾਣ ਬੁੱਝ ਕੇ ਇਲਜ਼ਾਮ ਲਗਾਏ ਜਾ ਰਹੇ ਹਨ ਕਿ ਕਿਸੇ ਤਰ੍ਹਾਂ ਉਹ ਕਮੇਟੀ ਨੂੰ ਭੰਗ ਕਰ ਸਕਣ। ਹਾਂਜੀ ਭਾਅ ਜੀ, ਕੀ ਨਾਮ ਆ ਤੁਹਾਡਾ, ਕਿਹੜਾ ਪਿੰਡ ਆ? ਇੱਕ ਨਾ ਤੁਹਾਡੇ ਉੱਤੇ ਆਰੋਪ ਲੱਗੇ ਨੇ ਕਿ ਪਾਣੀ ਦੀ ਟੈਂਕੀ ਨੂੰ ਲੈ ਕੇ ਕੁਛ ਬਿੱਲਾਂ ਦੇ ਵਿੱਚ ਘਪਲਾ ਹੈਗਾ, ਅਤੇ ਇੱਟਾਂ ਜਿਹੜੀਆਂ ਉੱਥੇ ਤੁਸੀਂ ਗਲੀਆਂ ਬਣੀਆਂ ਸੀਗੀਆਂ ਉੱਥੇ ਘਪਲੇ ਹੈਗੇ ਨੇ, ਕੁਛ ਜਿਹੜੇ ਬ੍ਰਿਕਸ਼ ਕੱਟੇ ਗਏ ਨੇ, ਕੱਟ ਕੇ ਵੇਚੇ ਗਏ ਨੇ, ਇਹ ਆਰੋਪ ਲੱਗੇ ਨੇ, ਅਤੇ ਕੀ ਮਾਮਲਾ ਹੈਗਾ ਸਰ? ਮੇਰਾ ਨਾਮ ਦਿਲਬਾਗ ਸਿੰਘ ਆ। ਮੈਂ 2008 ਦੇ ਵਿੱਚ ਇਹ ਤਿੰਨੇ ਕਲੋਨੀਆਂ ਦੀ ਇੱਕ ਪੰਚਾਇਤ ਸੀ ਚਕੀਰਪੁਰ ਤੋਂ ਅਲੱਗ ਹੋਈ, ਮੈਂ ਇੱਥੇ ਸਰਪੰਚ ਬਣਿਆ ਸੀ। ਇਹ ਪਾਣੀ ਵਾਲੀ ਟੈਂਕੀ ਜਿਹੜੀ ਮੈਂ ਉਸ ਸਮੇਂ ਲਵਾਈ ਸੀ, ਇਹਨੂੰ 10 ਸਾਲ ਹੋ ਗਏ ਚੱਲਦੀ ਨੂੰ, ਮੇਰੇ ਤੋਂ ਬਾਅਦ 2 ਪੰਚਾਇਤਾਂ, ਤੀਜੀ ਪੰਚਾਇਤ ਚੱਲਦੀ ਪਈ ਆ। ਦੇਖੋ, ਰੋਕ ਲਾਉਣ ਵਾਲੇ ਨੇ ਰੋਕ ਲਾਈ ਜਾਣੇ ਆ, ਜਿਹੜੇ ਇਹ ਰੋਕ ਲਾ ਰਹੇ ਨੇ ਇਹੋ ਜਿਹਾ ਕੋਈ ਉੱਥੇ ਗਬਨ ਜਾਂ ਕੋਈ ਵੀ ਘਪਲਾ ਜਾਂ ਕੋਈ ਵੀ ਅਪਾਰਦਰਸ਼ੀ ਕੰਮ ਆ, ਕੋਈ ਇਹੋ ਜਿਹਾ ਕੰਮ ਨਹੀਂ ਹੈਗਾ ਉੱਥੇ। ਜਿਹੜੇ ਇਹ ਦਰਖਤ ਵੱਢਿਆਂ ਦੀ ਗੱਲ ਕਰਦੇ ਆ, ਪੰਚਾਇਤ ਨੂੰ ਅਧਿਕਾਰ ਆ, ਕਾਨੂੰਨੀ ਤੌਰ ਤੇ ਵੀ ਅਧਿਕਾਰ ਹੈਗਾ ਕਿ 10 ਦਰਖਤਾਂ ਤੋਂ ਥੱਲੇ ਅਗਰ ਪੰਚਾਇਤੀ ਸੰਪਤੀ ਨੂੰ ਕਿਤੇ ਨੁਕਸਾਨ ਆ ਤਾਂ ਉਹ ਅਸੀਂ ਵੱਢ ਕੇ ਵੇਚ ਸਕਦੇ ਹਾਂ। ਉਹਦਾ ਬਕਾਇਦਾ ਮਤਾ ਪਿਆ ਵਾ, ਮਤਾ ਪਾ ਕੇ ਉਹਦੀ ਬੋਲੀ ਹੋਈ ਹੈ, ਬੋਲੀ ਹੋ ਕੇ ਪੰਚਾਇਤੀ ਪੈਸੇ ਜਿਹੜੇ ਸੀਗੇ ਉਹ ਕੋਰਟ ਦੇ ਵਿੱਚ ਜਮ੍ਹਾਂ ਹੋਏ। ਦੂਜੀ ਗੱਲ, ਜਿਹੜੀ ਬਿੱਲਾਂ 'ਚ ਘਪਲੇ ਦੀ ਗੱਲ ਕਰਦੇ ਆ ਵੀ ਬਿੱਲਾਂ 'ਚ ਵੀ ਘਪਲਾ ਆ, ਬਿੱਲ 1155 ਘਰ ਨੇ, 480 ਘਰਾਂ 'ਤੇ ਟੈਂਕੀ ਸ਼ੁਰੂ ਹੋਈ 2010 'ਚ, ਉਹ ਅੱਗੇ ਤੁਸੀਂ ਆਪ ਜੋੜ ਲਾ ਲਓ ਵੀ 1155 ਘਰਾਂ 'ਚੋਂ ਹਰ ਘਰ ਹਰ ਵਾਰੀ ਬਿੱਲ ਨਹੀਂ ਦਿੰਦਾ, ਜਿਹਦਾ ਕਰਕੇ ਜਿੰਨੇ ਕੁ ਬਿੱਲ ਇਕੱਠੇ ਹੁੰਦੇ ਆ ਸਾਡਾ, ਜਿਹੜਾ ਬਿਜਲੀ ਦਾ ਬਿੱਲ ਲੰਮ ਸਮ ਉਹ 79,000, 80,000, ਯਾਨੀ ਕਿ 65-80,000 ਰੁਪਏ ਦੇ ਵਿੱਚ ਵਿੱਚ ਜਿਹੜਾ ਬਿੱਲ ਆ ਉਹ ਆ ਰਿਹਾ। ਸਰ, ਬਿੱਲ ਦੀ ਗੱਲ ਇੱਥੇ ਗੱਲ ਕਰੀਏ ਵੀ ਉਹਨਾਂ ਨੇ 1 ਸਾਲ ਦੇ ਲਗਭਗ ਉਹਨਾਂ ਨੇ ਕੱਢੇ ਆ, ਉਹ ਕਹਿੰਦੇ ਵੀ ਬਿੱਲ ਅਸੀਂ ਦੇਖੇ ਵੀ ਆ 35-36 ਤੋਂ ਉੱਪਰ ਨਹੀਂ ਹੈ। ਉਹਨਾਂ ਨੇ ਦੇਖੇ ਨਹੀਂ ਜੀ, ਨਾ ਉਹਨਾਂ ਨੂੰ ਪਤਾ ਗਾ ਇਹਦਾ, ਉਹਨਾਂ ਨੂੰ ਤਾਂ ਇਹ ਵੀ ਨਹੀਂ ਪਤਾ ਹੈਗਾ ਵੀ ਉਹ ਕਹਿੰਦੇ 1,30,000 ਕੱਟਣ ਦਾ, ਉਹਨਾਂ ਨੂੰ ਇਹ ਨਹੀਂ ਪਤਾ ਵੀ ਇੱਥੇ ਕਨੈਕਸ਼ਨ ਕਿੰਨੇ। ਜਿਹੜੇ ਕਨੈਕਸ਼ਨ ਚੱਲਦੇ ਨੇ ਘਰ ਘਰ ਜਾ ਕੇ ਕਨੈਕਸ਼ਨ ਗਿਣਨਾ, ਫਿਰ ਸਾਡੇ ਨਾਲ ਗੱਲ ਕਰਨਾ। ਦਰਅਸਲ ਜੇ ਇਲੈਕਸ਼ਨ ਦੇ ਵਿੱਚ ਸਾਡੇ ਵਿਰੁੱਧ ਖੜੇ ਸੀਗੇ, ਜਿਹੜਾ ਜਥੇਦਾਰ ਆ ਕਸ਼ਮੀਰ ਸਿੰਘ, ਇਹਨੂੰ ਸਾਰੀਆਂ 20 ਵੋਟਾਂ ਪਈਆਂ ਨੇ, ਇਹ ਹਾਰ ਗਿਆ। ਇਹਨਾਂ ਨੂੰ ਚਾਹੀਦਾ ਕਿ ਪੰਚਾਇਤ ਦੇ ਨਾਲ ਸਹਿਯੋਗ ਦੇਣ, ਪੰਚਾਇਤ ਦੇ ਨਾਲ ਸਹਿਯੋਗ ਦੇ ਕੇ ਮਹੱਲੇ ਦਾ ਕੰਮ ਕਰਾਉਣ। ਇਹ ਕੀ ਕਰਦੇ ਆ, ਇਹਨਾਂ ਨੇ ਇੱਕ ਇੱਥੇ ਵੈਲਫੇਅਰ ਸੋਸਾਇਟੀ ਜੀ ਬਣਾਈ ਆ ਠੱਗੀਆਂ ਮਾਰਨ ਲਈ, ਉਹ ਠੱਗੀਆਂ ਮਾਰਨ ਦਾ ਕੰਮ ਕਰਦੇ ਆ। ਇਹ ਚਾਹੁੰਦੇ ਆ ਵੀ ਕਿਸੇ ਤਰੀਕੇ ਨਾਲ ਅਸੀਂ ਇੱਥੇ ਟੈਂਕੀ 'ਚ ਵੜੀਏ, ਅਸੀਂ ਇੱਥੇ ਜਿਹੜਾ ਆਪਣਾ ਖਾਣ ਪਾਣ ਕਰੀਏ। ਉਹ ਇੱਥੇ ਹੋਣਾ ਨਹੀਂ ਹੈਗਾ, ਕਿਉਂਕਿ ਤਿੰਨਾਂ ਪੰਚਾਇਤਾਂ ਦੇ ਵਿੱਚੋਂ ਬੰਦੇ ਲੈ ਕੇ ਇਹ ਕਮੇਟੀ ਬਣੀ ਆ। ਇਹਦੇ ਵਿੱਚ ਕੋਈ ਵੀ ਉਹ ਨਹੀਂ ਹੈ ਵੀ ਕਿਸੇ ਨੂੰ ਘਰ ਬਹਿ ਕੇ ਬਣਾਈ ਆ, ਤਿੰਨਾਂ ਪੰਚਾਇਤਾਂ ਦਾ ਮਤਾ ਪਿਆ, ਸਾਡੇ ਕੋਲ ਮਤਿਆਂ ਵਾਲਾ ਰਜਿਸਟਰ, ਸਾਡੇ ਕੋਲ ਸਾਰਾ ਕੁਛ ਹੈ। ਇਹਨਾਂ ਨੇ ਆਪਣਾ ਜ਼ੋਰ ਲਾ ਲਿਆ ਕਮੇਟੀ ਤੋੜਨ ਨੂੰ ਵੀ, ਸਾਰੇ ਕੋਲ ਨੂੰ। ਜਿਹੜੇ ਦਰਖਤਾਂ ਦੀ ਗੱਲ ਕਰਦੇ ਹੋ, ਦਰਖਤਾਂ ਦੀ ਦਰਖਾਸਤ ADC ਤੱਕ ਚੱਲ ਕੇ ਉਹ ਫੈਲ ਹੋ ਗਈ, ਕਿਤੇ ਵੀ ਗਬਨ ਨਜ਼ਰ ਨਹੀਂ ਆਇਆ। ਤੇ ਜਿਹੜੇ ਪਾਣੀ ਟੈਂਕੀ ਦੀ ਗੱਲ ਕਰਦੇ ਆਪਾਂ, ਕਨੈਕਸ਼ਨ ਤੁਹਾਡੇ ਕਨੈਕਸ਼ਨ ਲਗਾਉਣ ਦੇ ਵੀ ਪੈਸੇ ਲਗਾਉਂਦੇ ਨੇ, ਕਿੰਨੇ ਪੈਸੇ ਲਏ ਜਾ ਰਹੇ ਨੇ, ਔਰ ਪਾਣੀ ਦੇ ਕਿੰਨੇ ਬਿੱਲ ਦੇ ਪੈਸੇ ਲਏ ਜਾ ਰਹੇ ਨੇ?
100 रुपया बिल का पानी जो महीने प्रति लैने आप अगर कोई 100 रुपया एक महीने नहीं दिता तो 30 रुपये वह जुर्माना भी है जुर्माना भी है 30 रुपये पर लॉकडाउन करके आह जुलाई महीने के लास्ट तक जिसे बिल पेंडिंग से क्लीयर करा दो बिना जुर्माने जिहड़ा पानी का कनैक्शन दिने 2013 तक 750 625 से 950 रुपया एस सी जनरल च कैटागरी चे डिवाइड उतो बाद गोरमेंट ने ओपनली रेट करता 1500 रुपया यह गोरमेंट के हिसाब से चलता कोई वो नहीं है इन्होंने तो एक दो बया भी किसी को 1500 लिया किसी को 3000 भी लिया रहे ने जिन्हें लिया प्रूफ कर असि तो लिया नहीं है साड़ी तो रसीद जाती है ला बुक लगी कैश बुक लगी आ रसीदा दिने जिथे मर्जी कोई चेक कर सकता साडा 13 तक का ऑडिट होया थोड़ा की कहना चाहता जिम्मे इन्होंने रूप लाया 1,80,00,000 लख का भी क्या भी टैंकी के उपर इन्होंने खादा की कहना चाहते हो 4,50,000 रुपया साढ़े को जमा अज भी और एक मोटर साढ़े को पी अगर जो पैसे ही खाने होंगे तो फिर तुम आसे पासे टैंकियां देखिया किसी का बिल 1,500,000 रुपया खड़ा अजगीरपुर की टैंकी है 8,500,000-9,00,000 रुपया यदा बिल खड़ा मेहरबान की टैंकी जी स्कूल च बनी आता 1,560,000 रुपया बिल खड़ा इन्होंने बिल टैंकियों का खड़ा साड़ी टैंकी का हर महीने बिल जा रहा कोई पेंडिंग नहीं साडे को अज पैसे कट्ठे किए जो पबलिक के पैसे आ कट्ठे करके असी रखे हुए भी किसी भी औखे टाइम से वह कम लाए जा एक जो आरोप लगाया थोड़े उ वृक्ष बेचे ने जगरात बैंक ने 45,000 रुपए जगरात महकमे को कुछ एक गली दी जिहड़े इट्टा वेचण दा भी आरोप लगाया गया गली दी 6 नंबर दी गली ते सीगियां पहले इट्टा लगियां सी उस तों बाद हुण जे सीमेंट बणाई जदों इह नवां सरपंच हुण जिहड़ा बणिया इन्होंने गली पट दित्ती गली पट्टण तों बाद इट्टा इह कहिंदे वेच गए ने देखो जी शायद इन्हां कोले कोई साला इहो जिहा प्रोजेक्ट होऊगा वी जिहच पुरानियां इट्टां इह गलियां दीआं वेच सकदे आ साडे कोई प्रोजेक्ट नहीं हैगा पहली गल ते इह गलियां मेरे टाइम दीआं बणियां ने 2010 दे विच इह गलियां बणियां सी उस तों बाद किते कम नहीं हुण इन्हां ने पिछले सरपंच नूं वी कोई कम नहीं कर दित्ता ਉਹਨੂੰ ਡਰਾ ਡਰਾ ਕੇ ਇਹਨਾਂ ਨੇ ਪਿਛਲੀ ਪੰਚਾਇਤ 5 ਸਾਲ ਸਾਡੇ ਐਂ ਕੱਢ ਦਿੱਤੇ ਇਹਨਾਂ ਨੇ ਉਹਨੂੰ ਕੰਮ ਨਹੀਂ ਕਰਨ ਦਿੱਤਾ ਹੁਣ ਅਗਰ ਉਹ ਸਰਪੰਚ ਹਿੰਮਤ ਰੱਖਦਾ ਕੰਮ ਕਰ ਰਿਹਾ ਅੱਜ ਵੀ ਉਹਦੇ ਉੱਤੇ 5 ਤੋਂ 7 ਦਰਖਾਸਤਾਂ ਉੱਤੇ ਚੱਲ ਰਹੀਆਂ ਨੇ ਇਹ ਬਾਰ ਬਾਰ ਕਦੀ ਕਾਹੇ ਦੀ ਦਰਖਾਸਤ ਦੇ ਆਉਂਦੇ ਆ ਕਦੀ ਕਾਹੇ ਦੀ ਦੇ ਆਉਂਦੇ ਕਦੀ ਕਾਹੇ ਪੰਚਾਇਤ ਨੇ ਕੰਮ ਆਪਣੇ ਹਿਸਾਬ ਨਾਲ ਕਰਨਾ ਆਪਣੇ ਸਿਸਟਮ ਨਾਲ ਕਰਨਾ ਨਾ ਕਿ ਇਹਨਾਂ ਦੇ ਜਿਹੜੀਆਂ ਇੱਟਾਂ ਪੱਟੀਆਂ ਦੀ ਗੱਲ ਕਰਦੇ ਆ ਨਾ ਤਾਂ ਉਹ ਸਰਪੰਚ ਨੇ ਪੱਟੀਆਂ ਜੀ ਨਾ ਸਰਪੰਚ ਉਹ ਇੱਟਾਂ ਹੀ ਸਗੋਂ ਇਕੱਠੀਆਂ ਕਰਾ ਲਈਆਂ ਜਿਹੜੀਆਂ ਇਕੱਠੀਆਂ ਕਰਾਈਆਂ ਉਹ ਬੰਦ ਚਲਾ ਦਿੱਤੀਆਂ ਸਾਈਡਾਂ ਦੇ ਬੰਦ ਲਗਾ ਇੱਟਾਂ ਔਰ ਦੂਜੀ ਗੱਲ ਇਹ ਵੀ ਉਹ ਇੱਟਾਂ ਪੱਟੀਆਂ ਜਦੋਂ ਸੀਵਰੇਜ ਆਪਣੇ ਪਿਆ ਉਹਨਾਂ ਨੇ ਗਲੀਆਂ ਪੱਟਤੀਆਂ ਉਹਨਾਂ ਨੇ JCB ਨਾਲ ਪੱਟੀਆਂ ਨੇ ਉਹਨਾਂ ਨੇ ਨਹੀਂ ਦੇਖਿਆ ਉਸ ਟਾਈਮ ਦੇ ਠੇਕੇ ਦਾ ਉਸ ਟਾਈਮ ਦੇ ਸਰਪੰਚ ਨੂੰ ਚਾਹੀਦਾ ਸੀ ਵੀ ਉਹ ਇੱਟਾਂ ਮੌਕੇ ਤੇ ਖੜ ਕੇ ਇਕੱਠੀਆਂ ਕਰਾਉਂਦਾ ਜਾਂ ਉਹਨਾਂ ਨੂੰ ਪਟਾਉਂਦਾ ਪਰ ਇਹੋ ਜਿਹਾ ਸਰਪੰਚ ਨੇ ਕੁਛ ਨਹੀਂ ਕੀਤਾ ਇਹ ਉਸ ਸਰਪੰਚ ਨੂੰ ਪਤਾ ਹੋਊਗਾ ਪਰ ਜਿਹੜੀਆਂ ਇੱਟਾਂ ਸਾਡੇ ਕੋਲ ਇਕੱਠੀਆਂ ਕੀਤੀਆਂ ਸਾਈਡਾਂ ਤੇ ਪਈਆਂ ਸੀ ਉਹਦੀਆਂ ਹੁਣ ਅਸੀਂ ਉਹ ਬੰਦ ਲਵਾ ਦਿੱਤੇ ਆ ਬੰਦ ਲਾ ਕੇ ਇੱਟਾਂ ਥੱਲੇ ਲੱਗੀਆਂ ਗਲੀਆਂ ਬਣੀਆਂ 1700 ਚ ਗਲੀਆਂ ਬਣਨੀਆਂ ਦੇਣੀਆਂ ਚਾਹੁੰਦੇ ਇਹ ਕੰਮ ਨੂੰ ਰੋਕਦੇ ਨੇ ਬਾਰ ਬਾਰ ਕੰਮਾਂ ਚ ਰੁਕਾਵਟ ਪਾਉਂਦੇ ਨੇ ਇਹਨਾਂ ਨੂੰ ਹੁਣ ਭੱਜ ਦੌੜ ਪਈ ਪਈ ਆ ਪੈਰਾਂ ਥੱਲੇ ਜ਼ਮੀਨ ਨਿਕਲੀ ਪਈ ਵੀ ਇਹਦੇ ਮਹੱਲੇ ਦੀਆਂ ਜਿਹੜੀਆਂ ਗਲੀਆਂ ਨੇ ਉਹ ਬਣਦੀਆਂ ਪਈਆਂ ਨੇ ਅਸੀਂ ਇਹਨਾਂ ਨੂੰ ਕਿਸੇ ਤਰੀਕੇ ਰੋਕੀ ਕਿਉਂਕਿ ਮਹਿਕਮਾ ਕੋਈ ਸੁਣਵਾਈ ਨਹੀਂ ਕਰ ਰਿਹਾ ਵਿਕਾਸ ਦਾ ਕੰਮ ਆ ਇਹ ਉਵੇਂ ਤੇ ਜਥੇਦਾਰ ਕਹਿੰਦਾ ਮੈਂ ਵਿਕਾਸ ਪੱਕੀ ਆ ਪਰ ਇਹਦੇ ਵਿਨਾਸ਼ ਪੱਕੀ ਆ ਕਿਉਂਕਿ ਉੱਥੋਂ ਇਹਨੂੰ ਕੱਢਿਆ ਵਾ ਕਲੋਨੀ ਚੋਂ ਇਹਦੀ ਕਲੋਨੀ ਚੋਂ ਇਹਨੂੰ ਕੱਢਿਆ ਇੱਥੇ ਆ ਕੇ ਬਹਿ ਗਿਆ ਹੁਣ ਇੱਥੇ ਨਾ ਤੇ ਮੈਂਬਰ ਆ ਨਾ ਕੋਈ ਸਰਪੰਚ ਆ ਨਾ ਪੰਚ ਆ ਨਾ ਇਹ ਕਿਤੇ ਕੋਈ ਲੈਣਾ ਦੇਣਾ ਇਹ ਕਿਉਂ ਇਹੋ ਜਿਹੇ ਪੰਗੇ ਲੈਂਦਾ ਕੋਈ ਸਰਪੰਚ ਪੰਚ ਹੋਵੇ ਕੋਈ ਐਲੀਗੇਸ਼ਨ ਲਗਾਵੇ ਵੀ ਮੈਂ ਸਾਬਕਾ ਸਰਪੰਚ ਆ ਜੀ ਮੈਂ ਐਲੀਗੇਸ਼ਨ ਲਾ ਰਿਹਾ ਮੌਜੂਦਾ ਕੰਮ ਨਹੀਂ ਕਰ ਰਿਹਾ ਜਾਂ ਕੋਈ ਮੈਂਬਰ ਹੋਵੇ ਵਿਰੋਧੀ ਧਿਰ ਦਾ ਉਹ ਐਲੀਗੇਸ਼ਨ ਲਾਵੇ ਇਹ ਕੌਣ ਨੇ ਦੋ ਜਾਣੇ ਜਿਹੜੇ ਤੁਰੇ ਫਿਰਦੇ ਨੇ ਇਹ ਕੀ ਕਿਉਂ ਨਹੀਂ ਮਹੱਲੇ ਦਾ ਕੰਮ ਹੋਣ ਦਿੰਦੇ ਪਹਿਲਾਂ ਕਹਿੰਦੇ ਰਾਸ਼ਨ ਖਾ ਗਏ ਕਦੇ ਕੁਛ ਖਾ ਕੇ ਜਿਹੜੀ ਚੀਜ਼ ਲਈ ਉਹਦੇ ਉਹ ਖਾਈ ਜਾਂਦੇ ਸਾਡੇ ਤੇ 10 ਸਾਲਾਂ ਦਾ ਸਾਨੂੰ ਤਾਂ ਪਤਾ ਨਹੀਂ ਵੀ ਖਾਧਾ ਕਿਵੇਂ ਜਾਂਦਾ ਪੰਚਾਇਤ ਚੋਂ ਅਸੀਂ ਤਾਂ ਦਰਖਾਸਤਾਂ ਹੀ ਭੁਗਤੀਆਂ
उत्थे इस मामले नूं लैके जदों जिला परिषद अहुदेदारां नाल गलबात कीती गई तां उन्हां ने कहा कि कुछ दिन पहलां ही उन्हां वल्लों चार्ज संभालिया गया है अते एक दिन दे अंदर इस पूरे मामले की जांच शुरू की जाएगी अते जो भी आरोपी पाया गया उस उपर बनदी कार्रवाई की जाएगी। पट के गलियां पट के इट्टां वेच दित्तियां आरोप लगाए सीगे सर तुहाडे नूं की कार्रवाई की जा रही है? इस संबंध च मैं दसना चाहवांगा कि मेरे अज ही इत्थे बेसिकली मैं लुधियाना वन बतौर बी डी पी ओ काम कर रहा तो मैं वाधू चार्ज लुधियाना दो ब्लाक का अज ही मिले मैं अज ही ज्वाइन किया इतने तो यह चीज़ मेरे ध्यान च आंदे ही मैं दफ्तर के स्टाफ को इंस्ट्रक्ट करता है कि जो भी ये संबंधित फाइल है वह तुरंत मैं पुटअप की जाए। उस एक दिन ही उत्ते विचार करके जो बनती कार्रवाई है कल शाम तक असी उत्ते अगली बनती कार्रवाई शुरू कर। सर एक होर पुछना चाहना जिवें कि लकड़ा बेचिया जिवें जंगलात महकमे वालों भी तुसीं एक दरखास्त दोगे भी इन्होंने जो दरख्त वड्डे ने उस संबंध में कार्रवाई की? उहदे च देखो जो सैट प्रोसीजर है सरकार का कि दरख्तों की कटाई तो पहला की सानू प्रोसीजर अडोप्ट करना चाहिए उहदे च तां बेसिकली पंचायत वालों मता पा के पहला वण विभाग तो उहदी वैल्यूएशन लवानी पैंदी है कि उहनां दरख्तों का मुल की है। उस तो बाद उहदी बोली तो पहला अखबार च देना पैंदा कि असीं इन्हीं दरख्तों की आह मुल सरकार वालों लाया गया तो इस मुल मुताबक इसकी बोली फलानी तरीक नूं कीती जाणी जिहदे च फिर लोगों ने हाजिरी बोली की जाए। जिदा मेरे ख्याल से अज 2500 रुपए की वैल्यू के दरख्त बेचे गए हैं तो मैनू भी यह शंका जापती है कि इत्थे कितें ना कितें कोई ना कोई गलत गल हुई है। बाकी असीं इहनूं जदों इहदा पड़ताल करांगे जो भी तथ्य सही होणगे उहदे मुताबक बणदी। सर एक होर पुछना चाहुंदा जिवें उन्होंने कहा कि पानी की टैंकी है उहदी इक दीवार गिर गई सी लगभग 80 फुट दे लगभग दीवार सी जिहड़ी इन्हां ने ढह गई। टाइम तो बाद इन्होंने उही इट्टां साफ करा के सुनचा इन्होंने कहा भी 12,000 रुपया लगा सफाई करा दा। उस तो बाद उन्हें आरोप लाया भी 1,70,000 का उन्हें खर्चा पाता यही इट्टां ला के। इस गल दे जिहड़े तथ्य है क्योंकि हजे मैं पड़ताल की नहीं हैगी जी थोड़े को गल दसी जा रही है इस संबंधी तत्थ मैं कल ही अपनी पड़ताल में विचार लाँगा और अगर ये तत्थ सही होंगे है तो किसी भी दोषी को किसी किस्म में बख्शा नहीं जाऊगा सख्त तो सख्त कार्रवाई के खिलाफ आप करा। थैंक यू सर। प्राइम ओ दे लई लुधियाणा तो मनोज कुमार हीरा की रिपोर्ट।